ਦੇਖੋ ਜੀ, ਜੋ ਆਪਣਾ ਸੱਭਿਆਚਾਰ ਨੂੰ ਜਥੇਬੰਦੀਆਂ ਨੇ ਟਾਈਮ ਦਿੱਤਾ ਸੀ, ਸਮਾਂ ਦਿੱਤਾ ਸੀ, ਜੋ ਲਿਖਿਆ ਗਿਆ ਗਣਤੰਤਰ ਦਿਵਸ ਮਨਾਉਣ ਦਾ, ਗਣਤੰਤਰ ਦਿਵਸ ਮਨਾਉਣ ਵਾਸਤੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ, ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ ਜਾ ਰਹੀਆਂ ਨੇ, ਜੋ ਕਿ ਪਹਿਲਾਂ ਤਰ੍ਹਾਂ ਪੀਸਫੁੱਲ ਸਾਡਾ ਸੰਘਰਸ਼ ਚੱਲਿਆ, ਉਸੇ ਤਰ੍ਹਾਂ ਅਸੀਂ ਸੰਘਰਸ਼ ਨੂੰ ਲਾਗੂ ਰੱਖਾਂਗੇ। ਕੋਈ ਇੱਧਰ ਉੱਧਰ ਦੀ ਗੱਲ ਨਹੀਂ ਹੋਣ ਦੇਵਾਂਗੇ। ਇਹ ਸੰਘਰਸ਼ ਨੂੰ ਸਰਕਾਰ ਚਾਹੇ ਤੋੜਨਾ ਚਾਹੁੰਦੀ ਹੈ, ਕਈ ਸੰਘਰਸ਼ ਸਰਕਾਰ ਨੇ ਕਈ ਨੀਤੀਆਂ ਅਪਣਾਈਆਂ ਸੰਘਰਸ਼ ਤੋੜਨ ਵਾਸਤੇ, ਪਰ ਅਸੀਂ ਇਹ ਸੰਘਰਸ਼ ਨੂੰ ਪੀਸਫੁੱਲ ਰੱਖਿਆ। ਸਾਡੀ ਨੌਜਵਾਨ ਪੀੜ੍ਹੀ ਉੱਥੇ ਜ਼ਿਆਦਾ ਵਲੰਟੀਅਰ ਲਾਏ ਹੋਏ ਨੇ, ਅਸੀਂ ਫੌਜ ਵਾਂਗੂ ਇਸ ਤਰ੍ਹਾਂ ਫੌਜੀ ਬਣ ਕੇ ਇੱਕ ਇਸ ਦੇਸ਼ ਦੀ ਰੱਖਿਆ ਕਰ ਰਹੇ ਹਾਂ। ਅਤੇ ਨਾ ਕੋਈ ਫੁੱਲ ਤੋੜਿਆ ਹਜੇ ਤੱਕ, ਨਾ ਕੋਈ ਹਜੇ ਤੱਕ ਹੋਰ ਕੋਈ ਸਾਡੀ ਜਥੇਬੰਦੀਆਂ ਵੱਲੋਂ ਕੋਈ ਗਲਤ ਰਣਨੀਤੀ ਨਹੀਂ ਬਣਾਈ ਗਈ। ਦੇਖੋ ਜੀ, ਸਰਕਾਰਾਂ ਦਾ ਪੈਂਤਰਾ ਹੁੰਦਾ, ਸਰਕਾਰਾਂ ਬੰਦੇ ਛੱਡਦੀਆਂ ਹੁੰਦੀਆਂ ਨੇ। ਇਹ ਅੰਦੋਲਨ ਨੂੰ ਤੋੜਨਾ ਚਾਹੁੰਦੀਆਂ ਨੇ। 1947 ਤੋਂ ਬਾਅਦ ਇਹ ਬਹੁਤ ਵੱਡਾ ਜਨ ਅੰਦੋਲਨ ਬਣਿਆ। ਅੰਦੋਲਨ ਕਈ ਹੋਏ ਨੇ, ਪਰ ਇਹ ਬਹੁਤ ਵੱਡਾ ਜਨ ਅੰਦੋਲਨ ਬਣਿਆ, ਜੋ ਕਿ ਬਾਹਰਲੀਆਂ ਸਟੇਟਾਂ, ਕੰਟਰੀਆਂ ਦੇ ਤੱਕ, ਸਾਰੀਆਂ ਕੰਟਰੀਆਂ ਦੇ ਤੱਕ ਇਹ ਗੱਲ ਪਹੁੰਚ ਚੁੱਕੀ ਹੈ, ਬੱਚੇ ਬੱਚੇ ਤੱਕ ਗੱਲ ਪਹੁੰਚ ਚੁੱਕੀ ਹੈ ਵੀ ਇਹ ਕਿਸਾਨ ਮਜ਼ਦੂਰ ਵੀਰਾਂ ਨਾਲ ਧੱਕਾ ਹੋ ਰਿਹਾ ਹੈ। ਜਿਹੜੇ ਅੰਨਦਾਤਾ ਨੇ ਖੇਤੀ ਕਰਕੇ, ਅਨਾਜ ਪੈਦਾ ਕਰਕੇ, ਇਹ ਜ਼ਮੀਨਾਂ ਨੂੰ ਵਾਹ ਕੇ ਇਹਨਾਂ 'ਤੇ ਸੋਨਾ ਉੱਗਣ ਲਾਇਆ, ਜਿਹੜੇ ਲੋਕਾਂ ਨੇ ਭੁੱਖੀ ਮਰਦੀ ਦੁਨੀਆ ਰਜਾਈ ਹੈ, ਉਹਨਾਂ 'ਤੇ ਇੱਕ ਬਹੁਤ ਵੱਡਾ ਸਰਕਾਰ ਨੇ ਅਟੈਕ ਕੀਤਾ ਸੀ। ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਸੀ। ਇਸ ਕਰਕੇ ਅਸੀਂ ਇਹ ਆਪਦੀਆਂ ਜ਼ਮੀਨਾਂ ਬਚਾਉਣ ਲਈ, ਉਹਨਾਂ ਲੋਕਾਂ ਦਾ ਚੁੱਲ੍ਹਾ ਬਚਾਉਣ ਲਈ ਚੱਲਿਆਂ। ਇਹ ਸੰਘਰਸ਼ ਨੂੰ ਅਸੀਂ ਜਾਰੀ ਰੱਖਾਂਗੇ, ਅੰਦੋਲਨ ਨੂੰ ਪੀਸਫੁੱਲ ਜਿਵੇਂ ਚੱਲ ਰਿਹਾ ਉਵੇਂ ਜੁਕਰੀ ਚਲਾਵਾਂਗੇ। ਇਹ ਕਾਫਲਾ ਹਜ਼ਾਰਾਂ ਦੀ ਗਿਣਤੀ ਜਾ ਰਿਹਾ, ਸ਼ਾਮ ਤੱਕ ਹੀ ਚੱਲਦਾ ਰਹੂਗਾ, ਇਹ ਕੱਲ੍ਹ ਦਾ ਵੀ ਚੱਲਦਾ ਹੈ। ਇਸ ਲਈ ਅਸੀਂ ਬਹੁਤ ਪਹਿਲਾਂ ਇੱਥੋਂ ਪਾਤਣੀ ਖਨੌਰੀ ਸਾਡਾ ਰੂਟ ਹੈ, ਜੀਂਦ ਹੋ ਕੇ ਰੋਹਤਕ ਦਿੱਲੀ, ਅਸੀਂ ਖਨੌਰੀ ਇਕੱਠੇ ਹੋਵਾਂਗੇ ਅਤੇ ਉਦੋਂ ਬਾਅਦ ਇਹ ਕਾਫਲਾ ਵੱਡੇ ਰੂਪ 'ਚ ਜਾਣਾ, ਕਿਉਂਕਿ 13,000 ਪਿੰਡ ਬਣਦਾ ਪੰਜਾਬ ਦਾ ਜੀ, ਇੱਕ ਨਾਲ ਵੀ 13,000 ਟਰੈਕਟਰ ਬਣਦਾ ਹੈ ਅੱਜ, ਅਸੀਂ ਨਹੀਂ ਪਤਾ ਕਿੰਨੇ ਕਿੰਨੇ ਕੁ ਜਾਣਗੇ ਪਿੰਡਾਂ 'ਚੋਂ। ਇਸ ਲਈ ਵੱਧ ਤੋਂ ਵੱਧ ਟਰੈਕਟਰਾਂ ਨਾਲ ਅਸੀਂ ਉੱਥੇ ਦਿੱਲੀ ਜਾਣਾ, ਕਿਉਂ 26 ਜਨਵਰੀ ਹੈ, ਅਸੀਂ ਮਨਾਉਣੀ ਹੈ। ਅਸੀਂ ਕੋਈ ਖਲ ਨਹੀਂ ਪਾਉਣੀ, ਸ਼ਾਂਤੀਪੂਰਕ ਸਾਡਾ ਰੋਸ ਹੈ, ਸ਼ਾਂਤੀਪੂਰਕ ਸਾਡਾ ਮਾਰਚ ਹੈ। ਅਸੀਂ ਕੋਈ ਝੰਡਾ ਨਹੀਂ ਚਾੜਨਾ, ਕੋਈ ਪਾਰਲੀਮੈਂਟ ਨਹੀਂ ਘੇਰਨੀ, ਅਸੀਂ ਤਾਂ ਆਪਣਾ ਰੋਸ ਦਿਖਾਵਾ ਕਰਨਾ, ਕਿਉਂਕਿ ਸਰਕਾਰਾਂ ਜਿਹੜੇ ਕਾਲੇ ਕਾਨੂੰਨ ਸਾਡੇ ਵਿਰੁੱਧ ਥੋਪ ਰਹੀਆਂ ਨੇ, ਉਹ ਸਾਡੀ ਜਾਨ ਦਾ ਖਾਓ ਨੇ। ਅਸੀਂ ਉਹ ਕਾਲੇ ਕਾਨੂੰਨ ਨੂੰ ਵਾਪਸ ਕਰਾਏ ਬਿਨਾਂ ਅਸੀਂ ਬਹਿੰਦੇ ਨਹੀਂ ਟਿੱਕੇ, ਉਹਨਾਂ ਜਿਹੜੇ ਸਾਡੀ ਜੰਗ ਲੰਮੀ ਹੈ ਚੱਲਦੀ ਰਹੂਗੀ, ਜਿੰਨਾ ਜਿਹੜੇ ਪੰਜੇ ਕਾਲੇ ਕਾਨੂੰਨ ਦਿੱਲੀ ਸਰਕਾਰ, ਸੈਂਟਰ ਸਰਕਾਰ ਵਾਪਸ ਨਹੀਂ ਲੈਂਦੀ। ਇਸ ਲਈ ਅਸੀਂ ਇਹ ਜਿਹੜਾ ਸਾਡਾ ਪ੍ਰੋਟੈਸਟ ਹੈ ਕਰਨ ਜਾਂਦੇ ਹਾਂ, ਅਸੀਂ ਦੇਸ਼ਾਂ ਤੱਕ ਸਾਰੇ ਬਾਹਰਲੇ ਅੰਤਰਰਾਸ਼ਟਰੀ ਤੌਰ 'ਤੇ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਵੀ ਸਾਡੇ ਕਿਸਾਨ ਬੱਚਾ ਬੱਚਾ, ਸਾਡੀਆਂ ਬੀਬੀਆਂ, ਸਾਡੇ ਬੱਚੇ ਵੀ ਇਸ ਘੋਲ ਲਈ ਕਰੋ ਅਤੇ ਮਰੋ ਦੀ ਨੀਤੀ ਲਈ ਤਿਆਰ ਨੇ, ਅਸੀਂ ਟਿਕ ਕੇ ਨਹੀਂ ਬੈਠਣ ਵਾਲੇ। ਇਸ ਲਈ ਇਹ ਘੋਲ ਸਾਡਾ ਲੰਮਾ, ਕਾਫਲਾ ਸ਼ਾਮ ਤੱਕ ਚੱਲੂਗਾ, ਇਹ ਕੋਈ ਗਿਣਤੀ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਟਰੈਕਟਰ ਉੱਥੇ ਨੌਜਵਾਨ ਸਾਡੇ ਪੁੱਜਣੇ ਨੇ, ਬਜ਼ੁਰਗ ਵੀ, ਕਿਸਾਨ ਵੀ, ਔਰਤਾਂ ਵੀ। ਜੇਕਰ ਗੱਲ ਕਰੀਏ ਸਰਕਾਰ ਨੇ ਪੁੱਜਲ ਦੇ ਦਿੱਤਾ ਵੀ 1.5 ਸਾਲ ਤੋਂ ਇਹਨੂੰ ਰੋਕ ਦਿੰਦੇ, 1.5 ਸਾਲ ਤੋਂ ਉਸ ਤੋਂ ਬਾਅਦ ਸਾਡੇ ਕੋਲ ਪੁੱਜਲ ਨਹੀਂ, ਸਰਕਾਰ ਮੁੱਕਰ ਗਈ ਆ, ਕੋਈ ਪ੍ਰਬੋਜ ਨਹੀਂ, ਇਹ ਲਾਰੇ ਲੱਪੇ ਨੇ ਸਰਕਾਰਾਂ, ਜਿਹਨੂੰ ਵੀ ਕਿਸਾਨਾਂ ਨੂੰ ਕਿਹਾ ਸੀ ਲਾਰੇ ਲੱਪੇ ਲਾ ਕੇ ਤਾਂ ਉਠਾ ਦਈਏ, ਆਪਦੇ ਘਰਾਂ ਨੂੰ ਵਾਪਸ ਮੁੜ ਜਾਣ, ਪਰ ਸਾਡੇ ਜਿਹੜੇ ਆਗੂ ਨੇ ਉਹ ਵੀ ਪੂਰੇ ਦਿਮਾਗਦਾਰ ਨੇ, ਪੜ੍ਹੇ ਲਿਖੇ ਨੇ, ਅਸੀਂ ਸਰਕਾਰ ਦੀਆਂ ਇਹਨਾਂ ਗੱਲਾਂ ਵਿੱਚ ਨਹੀਂ ਆਉਣਾ ਚਾਹੁੰਦੇ। ਜਿੰਨਾ ਚਿਰ ਸਰਕਾਰ ਕੋਈ ਪੱਕਾ ਸਮਝੌਤਾ ਨਹੀਂ ਕਰਦੀ, ਇਹਨਾਂ ਨੂੰ ਵਾਪਸ ਨਹੀਂ ਆਉਂਦੀ ਜਿਹੜੇ ਕਾਲੇ ਕਾਨੂੰਨ ਨੇ, ਉਹਨਾਂ ਚਿਰ ਅਸੀਂ ਕਦੇ ਵਾਪਸ ਨਹੀਂ ਮੁੜਦੇ, ਨਾ ਸਰਕਾਰ ਦੀ ਕਿਤੇ ਵੀ ਮੰਨੀਏ। ਜੇਕਰ ਗੱਲ ਕਰੀਏ ਕੱਲ੍ਹ ਉੱਥੇ ਕੋਈ ਸ਼ਰਾਰਤੀ ਆਂਸਰ ਮਿਲੇ ਨੇ, ਜਿਨ੍ਹਾਂ ਨੇ ਕਹਿਣਾ ਗਾ ਵੀ ਕੁਛ ਕਿਸਾਨ ਆਗੂਆਂ ਨੂੰ ਅਸੀਂ ਕਤਲ ਕਰਨਾ ਸੀਗਾ ਅਤੇ ਉਸ ਦੀ ਗੜਬੜੀ ਵੀ ਕਰਦੀ ਸੀ, ਫਾਇਰਿੰਗ ਵੀ ਕਰਦੀ ਸੀ, ਲੱਗਦਾ ਵੀ ਸਰਕਾਰ 'ਚ ਗੜਬੜੀ ਕਰਾ ਸਕਦੀ ਹੈ। ਉਹ ਤਾਂ ਧਰਨ ਲਈ ਸਰਕਾਰਾਂ ਦੇ ਕਾਰਨਾਮੇ, ਕਾਲੇ ਕਾਰਨਾਮੇ ਹੁੰਦੀ ਨੇ, ਇਹੋ ਜਿਹਾ ਸਾਰਾ ਕੁਝ ਸਰਕਾਰਾਂ ਕਰਾਉਂਦੀਆਂ ਨੇ ਘੋਲ ਨੂੰ ਤਾਰ ਪੀਂਡੋ ਕਰਨ ਦੇ ਲਈ, ਮੋਰਚੇ ਨੂੰ ਫੇਲ ਕਰਨ ਦੇ ਲਈ ਸਰਕਾਰਾਂ ਸਾਰੇ ਤਰ੍ਹਾਂ ਦੇ ਯਤਨ ਕਰਦੇ ਨੇ ਜਿੰਨੇ ਵੀ ਹੋ ਸਕਣ।